ਈਵਨ ਪੰਜਾਬੀ ਨਿਡਰ ਨਿਰਪੱਖ ਤੇ ਨਵੀਂ ਸੋਚ। ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ। ਕਰੰਟ ਇਸ਼ੂ ਲਈ ਚੱਲਦੇ ਹਾਂ ਪੰਚਕੂਲਾ। ਦੋਸਤੋ, ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਕਿ ਗੁਰਮਿਤ ਰਾਮ ਰਹੀਮ ਸਮੇਤ ਤਿੰਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ। ਕੀ ਹੈ ਅਪਡੇਟ ਔਰ ਕਦੋਂ ਹੋਵੇਗੀ ਸਜ਼ਾ, ਪੂਰੀ ਜਾਣਕਾਰੀ ਦੇਣ ਵਾਸਤੇ ਮੇਰੇ ਨਾਲ ਵਿਨੋਦ ਸ਼ਰਮਾ ਜੀ ਜੁੜ ਚੁੱਕੇ ਨੇ, ਉਹਨਾਂ ਤੋਂ ਲੈਂਦੇ ਅਪਡੇਟ। ਵਿਨੋਦ ਜੀ, ਇਸ ਖਬਰ ਨੂੰ ਲੈ ਕੇ ਕੀ ਜਾਣਕਾਰੀ ਹੈ? ਹੁਣੀ ਹੁਣੀ 5 ਮਿੰਟ ਪਹਿਲਾਂ ਹੀ ਜੱਜ ਨੇ ਇਹਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ, ਲੇਕਿਨ ਸਜ਼ਾ ਜਿਹੜੀ ਹੋਏਗੀ ਉਹ 17 ਜਨਵਰੀ ਨੂੰ ਸਜ਼ਾ ਦਾ ਐਲਾਨ ਕੀਤਾ ਜਾਏਗਾ ਜੀ। ਔਰ ਜਦੋਂ ਹੀ ਇਹ ਖਬਰ ਬਾਹਰ ਆਈ ਤਾਂ ਕਿਸ ਤਰ੍ਹਾਂ ਦਾ ਮਾਹੌਲ ਪੈਦਾ ਹੋ ਗਿਆ ਜੀ? ਪੁਲਿਸ ਨੇ ਚਾਰੋਂ ਤਰਫ ਹੀ ਬੈਰੀਕੇਡ ਤੇ ਆਪਣੇ ਮੁਲਾਜ਼ਮ ਖੜੇ ਕਰ ਦਿੱਤੇ ਤਾਂ ਕਿ ਕੋਈ ਅਨਹੋਣੀ ਘਟਨਾ ਨਾ ਘਟੇ, ਕੋਈ ਅਪਰਾਧਿਕ ਤੱਤਵ ਇੱਥੇ ਆ ਕੇ ਸ਼ੈਤਾਨੀ ਨਾ ਕਰੇ। ਪੁਲਿਸ ਨੇ ਮੀਡੀਆ ਕਰਮਚਾਰੀਆਂ ਨੂੰ ਵੀ, ਜਿਹੜੇ ਮੀਡੀਆ ਦੇ ਲੋਕ ਸੀਗੇ ਉਹਨਾਂ ਨੂੰ ਵੀ ਪਿੱਛੇ ਕਰ ਦਿੱਤਾ ਕਿ ਬੈਰੀਕੇਡ ਦੇ ਪਿੱਛੇ ਹੀ ਰਵੋ ਜੀ। ਔਰ ਇਸ ਟਾਈਮ ਕਿਸ ਤਰ੍ਹਾਂ ਦਾ ਮਾਹੌਲ ਹੈ? ਇਹ ਮਾਹੌਲ ਇਸ ਤਰ੍ਹਾਂ ਦਾ ਬਿਲਕੁਲ ਸਹੀ ਮਾਹੌਲ ਹੈ, ਕੁਛ ਗੜਬੜ ਨਹੀਂ ਹੋਈ ਹੈ। ਇਹ ਦੂਸਰਾ ਸਾਡਾ ਚੈਨਲ ਜਿਹੜਾ ਇੱਕ ਜ਼ਿੰਮੇਵਾਰ ਚੈਨਲ ਹੈ, ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਨਾਲ ਆਪਣੇ ਦਰਸ਼ਕਾਂ ਨੂੰ ਕਹਾਂਗੇ ਮੌਲਿਕ ਅਫਵਾਹਾਂ ਵਿੱਚ ਨਾ ਜਾਓ, ਅਫਵਾਹਾਂ ਉੱਤੇ ਗੌਰ ਨਾ ਕਰੋ। ਇੱਥੇ ਵੀ ਜਿਹੜਾ ਮਾਹੌਲ ਜਿਹੜਾ ਹੈ ਬਿਲਕੁਲ ਪੈਨਿਕ ਨਹੀਂ ਹੈ ਜੀ। ਔਰ ਕਿਹੜੀਆਂ ਕਿਹੜੀਆਂ ਧਰਾਵਾਂ ਲੱਗੀਆਂ ਨੇ ਵਿਨੋਦ ਜੀ? 120B ਔਰ 302 ਜੀ ਧਾਰਾ ਲੱਗੀਆਂ। ਮੈਂ ਇਹਦੇ ਸਿਲਸਿਲੇ ਵਾਰ ਤੁਹਾਨੂੰ ਦੱਸ ਦਿੰਦਾ। ਇਹ 24 ਅਕਤੂਬਰ 2002 ਦਾ ਮਾਮਲਾ ਸੀ ਜਦੋਂ ਆਪਣੇ ਪੱਤਰਕਾਰ ਜੀ ਨੂੰ ਗੋਲੀ ਮਾਰੀ ਗਈ, 5 ਗੋਲੀਆਂ ਉਹਨਾਂ ਨੂੰ ਮਾਰੀਆਂ ਗਈਆਂ ਸੀਗੀਆਂ। ਤੇ ਉਸ ਤੋਂ ਬਾਅਦ ਜਿਹੜਾ ਕੇਸ ਸੀਗਾ ਇਹ ਪੁਲਿਸ ਤੋਂ, ਇਹਨਾਂ ਦਾ ਪਰਿਵਾਰ ਜਿਹੜੇ ਸੀਗੇ ਪੁਲਿਸ ਤੋਂ ਸੰਤੁਸ਼ਟ ਨਹੀਂ ਸੀ। ਇਹ ਕੇਸ ਹਰਿਆਣਾ ਪੰਜਾਬ ਹਾਈ ਕੋਰਟ 'ਚ ਚਲਾ ਗਿਆ। ਹਾਈ ਕੋਰਟ 'ਚ ਇਹਨਾਂ ਦੇ ਬੇਟੇ ਨੇ ਆਵਾਜ਼ ਚੱਕੀ ਕਿ ਜਿਹੜਾ ਕੇਸ ਹੈ ਇਹ CBI ਨੂੰ ਦਿੱਤਾ ਜਾਵੇ। ਉਸ ਤੋਂ ਬਾਅਦ CBI ਨੇ ਜਦੋਂ ਕੇਸ ਟੇਕ ਓਵਰ ਕੀਤਾ, ਤੇਜ਼ੀ ਗਤੀ ਨਾਲ ਇਹ ਕੇਸ ਅੱਗੇ ਵੱਧਦਾ ਗਿਆ ਤੇ ਅੱਜ ਇਹਦਾ ਜਿਹੜਾ ਰਿਜ਼ਲਟ ਹੈ ਉਹ ਬਿਲਕੁਲ ਸਾਹਮਣੇ ਹੈ ਕਿ ਚਾਰਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ। ਲੇਕਿਨ ਛਤਰਪਤੀ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਇਸ ਸਮੇਂ ਖੁਸ਼ੀ ਦਾ ਮਾਹੌਲ ਹੋ ਸਕਦਾ ਹੈ ਜੀ? ਅੰਸ਼ੁਲ ਛਤਰਪਤੀ ਜੀ ਨੇ ਕੱਲ ਵੀ ਮੀਡੀਆ ਦੇ ਅੱਗੇ ਬੋਲਿਆ ਸੀ, ਅੱਜ ਵੀ ਬੋਲਿਆ ਹੈ ਕਿ ਸਾਨੂੰ ਸੰਤੁਸ਼ਟੀ ਤਦੀ ਹੋਏਗੀ ਜਦੋਂ ਇਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਏਗੀ। ਲੇਕਿਨ ਹੁਣ ਇਹ ਕੋਰਟ ਦੇ ਉੱਤੇ ਹੈ ਕਿ ਇਹਨੂੰ ਕਿਸ ਤਰ੍ਹਾਂ ਦੀ ਸਜ਼ਾ ਮਿਲਦੀ ਹੈ ਜੀ। ਲੇਕਿਨ 16 ਸਾਲ ਤੱਕ ਉਹਨਾਂ ਨੇ ਮਤਲਬ ਇੰਤਜ਼ਾਰ ਕੀਤਾ ਇਸ ਦਿਨ ਦਾ ਜੀ। ਬਿਲਕੁਲ, ਇਹ ਬੜਾ ਦਰਦਨਾਕ ਇੱਕ ਉਹ ਹੈ ਕਿ 16 ਸਾਲ ਦੁਖੀ ਪਰਿਵਾਰ ਜਿਹੜਾ ਸੀਗਾ, ਜਿਹਨਾਂ ਨੇ ਆਪਣਾ ਇੱਕ ਅਹਿਮ ਸਦੱਸਿਆ ਖੋਇਆ ਸੀਗਾ, ਉਹ ਪਰਿਵਾਰ ਵਿਚਾਰਾ ਆਪਣੀ ਸੱਚਾਈ ਦੀ ਜੰਗ ਵਾਸਤੇ ਝੰਡਾ ਬੁਲੰਦ ਕੀਤਾ ਹੋਇਆ ਸੀਗਾ। ਲੇਕਿਨ ਕਿਤੇ ਨਾ ਕਿਤੇ ਅੱਜ ਇਹਨਾਂ ਨੂੰ ਸੰਤੁਸ਼ਟੀ ਵੀ ਹੋਏਗੀ, ਜਿਹੜਾ ਸੱਚ ਦਾ ਝੰਡਾ ਸੀਗਾ ਅੱਜ ਉਹ ਕਾਇਮ ਹੈ। ਵਿਨੋਦ ਜੀ, ਬਹੁਤ ਬਹੁਤ ਮਿਹਰਬਾਨੀ, ਤੁਸੀਂ ਸਾਨੂੰ ਪਲ ਪਲ ਦੀ ਅੱਜ ਅਪਡੇਟ ਦਿੱਤੀ ਹੈ ਔਰ ਬਹੁਤ ਅੱਛਾ ਲੱਗਾ ਕਿ ਤੁਸੀਂ ਉਸ ਜਗ੍ਹਾ ਤੇ ਸਵੇਰ ਤੋਂ ਲੈ ਕੇ ਹੁਣ ਤੱਕ ਖੜੇ ਹੋ ਔਰ ਜੋ ਮਾਨਯੋਗ ਅਦਾਲਤ ਦਾ ਜੋ ਫੈਸਲਾ ਆਇਆ ਹੈ 17 ਜਨਵਰੀ ਨੂੰ ਹੋ ਸਕਦੀ ਹੈ ਸਜ਼ਾ, ਕਿੰਨੀ ਹੋ ਸਕਦੀ ਹੈ ਸਜ਼ਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਲੇਕਿਨ ਛਤਰਪਤੀ ਪਰਿਵਾਰ ਦੇ ਵਿੱਚ ਅਜੇ ਵੀ ਇਸ ਗੱਲ ਦਾ ਮਲਾਲ ਹੈ ਕਿ ਇਹਨਾਂ ਨੂੰ ਸਾਰਿਆਂ ਨੂੰ ਸਾਡੇ ਪਿਤਾ ਦਾ ਇਹਨਾਂ ਨੇ ਕਤਲ ਕੀਤਾ ਔਰ ਇਹਨਾਂ ਨੂੰ ਫਾਂਸੀ ਦੀ ਸਜ਼ਾ ਜਿਹੜੀ ਹੋਣੀ ਚਾਹੀਦੀ ਹੈ। ਸੋ ਇਹ ਸੀ ਹੁਣ ਤੱਕ ਦੀ ਅਪਡੇਟ, ਬਾਕੀ ਅਪਡੇਟ ਜਿਵੇਂ ਆਉਣਗੇ ਅਸੀਂ ਲੈ ਕੇ ਰੂਬਰੂ ਹੁੰਦੇ ਰਹਾਂਗੇ। ਤੁਸੀਂ ਜੁੜੇ ਰਹੋ ਈਵਨ ਪੰਜਾਬੀ TV ਦੇ ਨਾਲ। For new updates, please subscribe A1 News and click the bell icon.